ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੇਰੇ ਨਾਲ ਅੱਜ ਇੱਕ ਕਿਸਾਨ ਵੀਰ ਨੇ, ਇਹਨਾਂ ਨੇ ਨਿਊ ਟਰਾਂਟਾ ਕੰਪਨੀ ਦੀ ਨਿਊਟਰਾ ਸ਼ਕਤੀ 777 ਦੀ ਬਿਜਾਈ ਕੀਤੀ ਸੀ ਅਤੇ ਇਹਨਾਂ ਦਾ ਡੈਰੀ ਫਾਰਮ ਦਾ ਕੰਮ ਹੈ। ਇਹਨਾਂ ਨੇ ਇਸ ਵਾਰ ਮੇਰੇ ਗਾਈਡ ਕਰਨ 'ਤੇ 4 ਏਕੜ ਨਿਊਟਰਾ ਸ਼ਕਤੀ 777 ਦੇ ਲਾਏ ਨੇ। ਆਪਾਂ ਇਹਨਾਂ ਨੂੰ ਜਾਣਦੇ ਹਾਂ ਕਿ ਇਹਨਾਂ ਨੇ ਹੋਰ ਵੀ ਕੰਪਨੀ ਦੀ ਮੱਕੀ ਦੀ ਬਿਜਾਈ ਕੀਤੀ ਹੈ ਅਤੇ ਇਹਨਾਂ ਨੂੰ ਇਸ ਦਾ ਰਿਜ਼ਲਟ ਕਿਵੇਂ ਲੱਗਿਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜੀ ਕੁਲਦੀਪ ਸਿੰਘ ਜੀ, ਪਿੰਡ ਹਮਚੜੀ, ਤਹਿਸੀਲ ਪਾਤੜਾ, ਜ਼ਿਲ੍ਹਾ ਪਟਿਆਲਾ ਜੀ। ਮੈਂ ਇਸ ਵਾਰ ਵੀਰ ਜੀ ਵਿਕਰਮ ਵੀਰ ਜੀ ਦੇ ਕਹਿਣ 'ਤੇ 4 ਕਿੱਲੇ ਨਿਊਟਰਾ 777 ਨਿਊਟਰਾ ਆਟਾ ਦੀ ਮੱਕੀ ਦੀ ਬਿਜਾਈ ਕੀਤੀ ਸੀ, ਜੋ ਕਿ ਅੱਜ ਤੁਸੀਂ ਦੇਖ ਸਕਦੇ ਹੋ 42 ਦਿਨ ਦੀ ਮੱਕੀ ਹੈ ਅਤੇ ਦੂਜੀਆਂ ਮੈਂ ਹੋਰ ਵੀ ਮੱਕੀ ਦੀ ਬਿਜਾਈ ਕੀਤੀ ਹੈ ਜਿਨ੍ਹਾਂ ਵਿੱਚੋਂ ਇਸਦੀ ਗਰੋਥ ਜ਼ਿਆਦਾ ਹੈ। ਸੋ ਜਦੋਂ ਇਹ ਪੱਕ ਕੇ ਚੰਗੀ ਤਰ੍ਹਾਂ ਤਿਆਰ ਹੋ ਗਈ, ਅਸੀਂ ਇੱਕ ਵਾਰ ਫਿਰ ਵੀਰ ਜੀ ਨੂੰ ਬੁਲਾਵਾਂਗੇ ਅਤੇ ਪੂਰਾ ਦਿਖਾਵਾਂਗੇ। ਤੇ ਇਹਦਾ ਤੁਹਾਨੂੰ ਰਿਜ਼ਲਟ ਵਧੀਆ ਲੱਗ ਰਿਹਾ ਕਿ ਮਤਲਬ ਦੂਸਰੀਆਂ ਜੋ ਤੁਸੀਂ ਕੰਪਨੀਆਂ ਦੇ ਅੱਜ ਦੀ ਘੜੀ ਦਾ ਸਾਨੂੰ ਰਿਜ਼ਲਟ ਪੂਰਾ ਵਧੀਆ ਗਰੋਥ ਦੇ ਹਿਸਾਬ ਨਾਲ ਤਾਂ ਬਹੁਤ ਵਧੀਆ ਰਿਜ਼ਲਟ ਲੱਗ ਰਿਹਾ, 42 ਦਿਨ ਦੀ ਇਹ ਮੱਕੀ ਹੈ। ਤੇ ਵੀਰ ਜੀ ਦਾ ਵਾਹਣ ਵੀ ਥੋੜਾ ਜਿਹਾ ਉਹ ਹੈ, ਨਰਮ ਹੈ। ਇਹਨਾਂ ਨੇ ਕਹਿੰਦੇ ਸੀ ਕਹਿੰਦੇ ਕੋਈ ਇਹਦੇ 'ਚ ਰੇਹ ਸਪਰੇਅ ਦੀ ਬਹੁਤ ਘੱਟ ਕੀਤੀ ਹੈ, ਬਹੁਤ ਕੁਛ ਨਹੀਂ, ਇਹ 'ਚ ਕੋਈ ਖਾਦ ਵਗੈਰਾ, ਰੂੜੀ ਵਗੈਰਾ ਕੁਛ ਨਹੀਂ ਪਾਇਆ। ਦੂਸਰੀਆਂ ਨਾਲੋਂ ਸਪਰੇਅ ਵਗੈਰਾ ਵੀ ਘੱਟ ਹੋਈ ਹੈ, ਘੱਟ ਹੋਈ ਹੈ ਇਸ ਨੂੰ। ਠੀਕ ਹੈ ਜੀ, ਠੀਕ ਹੈ। ਚਲੋ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਬਾਕੀ ਜਿਸ ਦਿਨ ਇਹ ਤਿਆਰ ਹੋ ਗਈ ਇੱਕ ਵੀਡੀਓ ਉਸ ਦਿਨ ਬਣਾਵਾਂਗੇ ਆਪਣੇ ਕਿਸਾਨ ਵੀਰਾਂ ਲਈ, ਉਹਨਾਂ ਨੂੰ ਰਿਜ਼ਲਟ ਦਿਖਾਵਾਂਗੇ। ਠੀਕ ਹੈ ਵੀਰ ਜੀ, ਬਹੁਤ ਸ਼ੁਕਰੀਆ ਜੀ।